पड़चोल होएगी, हम अस अपने आप को पुछागे पहला तो शब्द चो ही पूछ लीए तय नर क्या पुराण सुन की ना अन्नपावनी भगत नहीं उपजी भूख दान न दीना लोकी भूखे दान सिर्फ है समझते ने किसी भूखे को खिला दो बस किसी भूखे को खिलाना चाहिए पर उस भूखे को सारी उम्र में हाथ ऐसे ना फैलाना पड़े उसकी जीवनी उसकी रोजी रिजक बनाने की बात भी तो करनी चाहिए ना सिर्फ अपना हाथ ऐसे और दूसरे का हाथ ऐसे आप दाता बन के उसको गरीब भिखारी बना के हमको क्या मिलता है धार्मिक स्थानों के बाहर आपको ऐसे दान पुण्य करने वाले मिलेंगे ये बाहर के भूखे दान की बात नहीं चल रही तेरा मन पुखा है ना एनू तू सच दे रिजक दा दान नहीं दिता ਸੱਚ ਦੇ ਗਿਆਨ ਪਦਾਰਥ ਦਾ ਦਾਨ ਨਹੀਂ ਦਿੱਤਾ ਤਾਂ ਤੇਰਾ ਮਨ ਸੰਤੋਖੀ ਨਹੀਂ ਹੈ ਆਪਣੇ ਮਨ ਭੁੱਖੇ ਨੂੰ ਦਾਨ ਨਾ ਦੀਨਾ ਇਹ ਰਹਾ ਹੋਇ ਸ਼ਬਦ ਦਾ ਅੱਗੇ ਕਹਿੰਦੇ ਕਾਮਨਾ ਬਿਸਰਿਓ ਯੂ ਆਰ ਲਸਟਫੁਲ ਕਾਮਨਾ ਬਿਸਰਿਓ ਕ੍ਰੋਧ ਨ ਬਿਸਰਿਓ ਲੋਭ ਨ ਛੂਟਿਓ ਦੇਵਾ ਤੂੰ ਵਰਚੂਜ਼ ਲੈ ਕੇ ਦੇਵ ਗੁਣ ਪ੍ਰਾਪਤ ਕਰ ਸਕਦਾ ਸੀ ਪਰ ਤੇਰੇ ਕੋਲੋਂ ਕਾਮ ਨਹੀਂ ਛੁੱਟਿਆ ਕ੍ਰੋਧ ਨਹੀਂ ਛੁੱਟਿਆ ਇਸ ਕਰਕੇ ساری ਦੁਨੀਆ ਚਾਮ ਤੋੜ ਤੇ ਗਿਆ ਹੁੰਦਾ ਵੀਰ ਜੀ ਜੋ ਧਾਰਮਿਕ ਬਣ ਜਾਂਦੇ ਹਨ ਉਹਨਾਂ ਨੂੰ ਗੁੱਸਾ ਕਿਉਂ ਆਉਂਦਾ ਹੈ ਉਹ ਦੂਸਰੋਂ ਕੋ ਗੁੱਸਾ ਕਿਉਂ ਕਰਤੇ ਹਨ ਬਹੁਤ ਮੈਨੂੰ ਨਹੀਂ ਪਤਾ ਅਸਲੀ ਧਾਰਮਿਕਤਾ ਤੇ ਗੁੱਸਾ ਨਹੀਂ ਹੁੰਦਾ ਬਲਕਿ ਅਸਲੀ ਧਾਰਮਿਕਤਾ ਤੇ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਏ ਲੋਕੀ ਆਪਣੀ ਧਾਰਮਿਕਤਾ ਦਾ ਇਥੇ ਲੇਬਲ ਲਗਾ ਕੇ ਲੋਕਾਂ ਨੂੰ ਗੁੱਸਾ ਕਰਨਾ ਸ਼ੁਰੂ ਕਰ ਦੇਨੇ ਕਿਉਂਕਿ ਮੈਂ ਬੜਾ ਧਾਰਮਿਕ ਹਾਂ ਕਿਉਂਕਿ ਮੈਂ ਬੜਾ ਸੱਚਾ ਹਾਂ ਸਤੋ ਗੁਣੀ ਦਾ ਰੋਗ ਹੁੰਦਾ ਕਾਮਨਾ ਬਿਸਰਿਓ ਕ੍ਰੋਧ ਨ ਬਿਸਰਿਓ ਲੋਭ ਨ ਛੂਟਿਓ ਦੇਵਾ ਪਰ ਨਿੰਦਾ ਮੁਕਤੇ ਨਹੀਂ ਛੁੱਟੀ ਸਾਰਿਆਂ ਦੀ ਤੂੰ ਨਿੰਦਾ ਕਰ ਲੈਂਦਾ ਇਹਦਾ ਮਤਲਬ ਤੂੰ ਜਿੰਨੇ ਧਰਮ ਦੇ ਕਰਮ ਕਰਦਾ ਹੈ ਨਾ ਨਿਫਲ ਪਈ ਸਭ ਸੇਵਾ ਸਭ ਕੋਈ ਉਸ ਚ ਫਲ ਪ੍ਰਾਪਤ ਨਹੀਂ ਹੋਇਆ ਕੋਈ ਰਿਜ਼ਲਟ ਨਿਕਲਿਆ ਹੀ ਨਹੀਂ ਯੂ ਆਰ ਲੋਸਟ ਯੂ ਡਿਡਨਟ ਗੈਟ ਐਨੀ ਡੈਸਟੀਨੇਸ਼ਨ ਕਹੀਂ ਪਹੁੰਚਿਆ ਹੀ ਨਹੀਂ ਭਾਈ ਐਵੇਂ ਹੀ ਖਾਲੀ ਚੱਪੂ ਮਾਰਦੇ ਰਹਿ ਗਏ ਬਾਟ ਪਾਰ ਕਰ ਮੂਸ ਬਿਰਾਨੂ ਪਾਰ ਹੁੰਦਾ ਹੈ ਵਿਕਾਰਾਂ ਵਾਲੇ ਸਮੁੰਦਰ ਤੋਂ ਪਾਰ ਲੰਘ ਜਾਣਾ ਮੀਨਸ ਵਾਈਸਿਸ ਤੋਂ ਵਾਈਸਿਸ ਦੇ ਕਾਰਨ ਡਾਵਾ ਡੋਲ ਹੋ ਕੇ ਦਿਗ ਪੈਣਾ ਡੁੱਬ ਜਾਣਾ ਦੇ ਬਦਲੇ ਉਸ ਰਸਤੇ ਨੂੰ ਜਿਹੜਾ ਤੇਰੇ ਅੰਦਰ ਹੈ ਉਸ ਪਾਸੋਂ ਤੂੰ ਲੁਟਾਇਆ ਗਿਆ ਜਮਾ ਦੇ ਪ੍ਰਾਇ ਗਲਤ ਰਸਤੇ ਤੇ ਟੁਰ ਪਿਆ ਬਾਟ ਪਾਰ ਕਰ ਮੂਸ ਬਿਰਾਨੋਂ ਪੇਟ ਪਰ ਹੈ ਅਪਰਾਧੀ ਹੁਣ ਤੂੰ ਤ੍ਰਿਸ਼ਨਾ ਦੇ পিছে লাগকে ঠোকা ফ্রেব করকে আপনা পেট পড়তা এ কেড়া পেট تیرا ਜਿਹੜਾ ਆਤਮਿਕ পেট ਰਜਦਾ ਨਹੀਂ ਹੈ ਜਿਹਦੇ ਵਿੱਚ ਤੂੰ ਦਾਜ ਲੈ ਲੈ ਕੇ ਰਜਦਾ ਨਹੀਂ ਹੈ ਜਿਹਦੇ ਵਿੱਚ ਤੂੰ মিলਨੀ ਵੇਲੇ ਬਿਲਕੁਲ ਨੰਗਾ ਹੋ ਕੇ ਜਾ ਕੇ ਖੜਾ ਹੋ ਜਾਂਦਾ ਕੂੜੀ ਵਾਲੇ স্যুট ਦੇਣਗੇ ਤਾਂ ਮੈਂ ਪਾਵਾਂਗਾ ਹੈਨਾ ਉਹ ਵਾਲਾ পেট ਪਰਿਆ অপরাধী ਜੇ ਪਰਲੋਕ ਜਾਏ ਅਪਕੀਰਤ ਪਰਲੋਕ ਕੀ ਹੁੰਦਾ ਹੈ ਮੇਰੇ ਅੰਦਰ ਜਿੱਥੇ ਰੱਬ ਜੀ ਰਹਿੰਦੇ ਨੇ ਨਾ ਉਹਨੂੰ ਪਰਲੋਕ ਕਹਿੰਦੇ ਨੇ ਕੌਂਸ਼ੀਅੰਸ ਵਿਲ ਜ਼ਮੀਰ ਹਰ ਕਿਸੇ ਕੇ ਅੰਦਰ ਪਰਲੋਕ ਹੈ ਉੱਥੇ ਔਗੁਣਾ ਦੇ ਨਾਲ ਇੱਜ਼ਤ ਨਹੀਂ ਹੁੰਦੀ ਕੀਰਤੀ ਨਹੀਂ ਮਿਲਦੀ ਜੇ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਦੀ ਇਹ ਵਾਲੀ ਵਿਦਿਆ ਪੜੀ ਅਵਿਦਿਆ ਮੀਨਸ ਜਿਸ ਨੂੰ ਸਮਝਿਆ ਹੀ ਨਹੀਂ ਤੂੰ ਦੁਨਿਆਵੀ ਪੜਾਈ ਕੀਤੀ ਉਹਨੂੰ ਤੇ ਕਹਿੰਦੇ ਪੜਿਆ ਮੂਰਖਾ ਕੀ ਜਿਸ ਲਭ ਲੋਕ ਅੰਕਾਰ ਉਹਨੂੰ ਕਹਿੰਦੇ ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀ ਹੈ ਜੇ ਹੱਕਾ ਲੈ ਕਾ ਲਣਾ ਤੇ ਵੇਹੋ ਨਾ ਪਚਾਰੀ ਹੈ ਐਸੀ ਕਲਾ ਨਾ ਖੇਦੀ ਹੈ ਜਿੱਤ ਦਰਗਾ ਗਿਆ ਹਾਰੀ ਹੈ ਪੜਿਆ ਤੇ ਉਮੀਆ ਵਿਚਾਰ ਅੱਗੇ ਵਿਚਾਰੀ ਹੈ ਮੂੰ ਚਲੇ ਸੁਗਗੇ ਮਾਰੀਏ ਤੂੰ ਪਲ ਪਲ ਆਪਣੀ ਮਨ ਮਰਜ਼ੀ ਕਰਦਾ ਹੈ ਤੇ ਮਾਰ ਖਾਂਦਾ ਰਹਿੰਦਾ ਹੈ। ਇਹ ਵਾਲੀ ਅਬਿਧਿਆ ਤੂੰ ਸਿੱਖੀ ਹੈ। ਹਿੰਸਾ ਤੋਂ ਮੰਨਤੇ ਨਹੀਂ છੁੱਟੀ। ਸਾਸੰਗਤ ਹਿੰਸਾ ਦਾ ਮਤਲਬ ਬਾਹਰ ਨਹੀਂ ਹੁੰਦਾ। ਹਿੰਸਾ ਦਾ ਮਤਲਬ ਹੁੰਦਾ ਮੈਂ ਆਪਣੇ ਆਪ ਤੇ ਦਿਆ ਨਹੀਂ ਕਰਦਾ। ਜਿਹੜਾ ਆਪਣੇ ਤੇ ਦਿਆ ਨਹੀਂ ਨਾ ਕਰਦਾ ਤੁਸੀਂ ਦੇਖਣਾ ਉਹ ਕ੍ਰੋਧਿਤ ਹੋਏਗਾ, ਛਿੱਤਾ ਪੀਗਾ, ਅੱਖਾ ਲਾਲ ਹੋ ਜਾਣਗੀਆਂ, ਤਿਊੜੀ ਚੜ ਜਾਏਗੀ, ਸਾਹ ਭਰ ਜਾਏਗਾ। ਇੱਥੇ ਦਰਦ ਹੋਣਾ ਸ਼ੁਰੂ ਹੋ ਜਾਏਗਾ ਬੋਲ ਫਿੱਕੇ ਹੋ ਜਾਣਗੇ ਉੱਚਾ ਬੋਲੇਗਾ ਗਾਲਾਂ ਕੱਢੇਗਾ ਕੰਬੜ ਲੱਗੇਗਾ ਇੱਕ ਦੂਜੇ ਨਾਲ ਵਿਗਾੜੇਗਾ ਉਹਦੀ ਕਿਸੇ ਚੀਜ਼ ਨੂੰ ਤੁਸੀਂ ਹੁਣ ਕਰਕੇ ਦੇਖਣਾ فرض ਕਰੋ ਤੁਸੀਂ 1 ਕਰੋੜ ਰੁਪਏ ਦੀ ਕਾਰ ਖਰੀਦੋ ਮੈਂ ਜਾਣ ਕੇ ਇਸ ਤਰ੍ਹਾਂ ਬਣਾ ਰਿਹਾ ਆਪਨੇ 1 ਕਰੋੜ ਕੀ ਕਾਰ ਖਰੀਦੀ और खरीद के आप लोगों के बीच में गए और किसी ने बोला अनजाने में और जान के दोनों किसी ने अनजाने में बोला आपकी कार तो बहुत महंगी है लगता है अस्सी लाख की होगी कम से कम या जान के बोला ਕਟੂ ਕਟ 50 ਲੱਖ ਦੀ ਤੇ ਤੇਰੀ ਕਾਰ ਹੋਏਗੀ ਹੋਏਗੀ। ਭਾਈ ਸਾਹਿਬ ਜਲ ਜਾਓਗੇ। ਸੜ ਪੁੱਜ ਜਾਓਗੇ। ਓ ਮਾਈ ਗੋਡ ਮੈਂ ਕਰੋੜ ਦੀ ਲੈ ਕੇ ਆਇਆ ਹੁਣੇ। ਇਹ 50 80 ਦੀ ਬਣਾਤੀ। ਇਹ ਤਾਂ ਮਤਲਬ ਤੁਹਾਡੀ ਚੀਜ਼ ਦੀ ਕੋਈ ਜਰਾ ਦੀ ਡੀ ਵੈਲਿਊ ਕਰੇ ਨਾ। ਪਸੰਦ ਨਹੀਂ ਆਂਦਾ। ਔਖੇ ਹੋ ਜਾਂਦੇ ਆ। ਜਦੋਂ ਨਿੱਕੀ ਨਿੱਕੀ ਕਿਸੇ ਕਿਸੇ ਵੀ ਗਲਤ ਓਖੇ ਹੋ ਜਾਂਦੇ ਆ ਨਾ ਆਪਣੇ ਉੱਤੇ ਹਿੰਸਾ ਕਰ ਲਈ ਹਿੰਸਾ ਤੋਂ ਮੰਨ ਤੇ ਨਹੀਂ ਛੁੱਤੀ ਜੀ ਦੇ ਆ ਨਹੀਂ ਪਾਲੀ ਆਪਣੇ ਜੀਵ ਤੇ ਦੇ ਆ ਨਹੀਂ ਕੀਤੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ ਤੂੰ ਨਿਜ ਕਰਦੇ ਅੰਦਰ ਤੇਰੇ ਸੱਚ ਦੇ ਗੁਣ ਹਨ ਉਹਨੂੰ ਸਾਧ ਸੰਗਤ ਕਹਿੰਦੇ ਨੇ ਉਹਨਾਂ ਦੇ ਕੋਲ ਬੈਠ ਕੇ ਵੀ ਤੂੰ ਚੰਗੇ ਗੁਣ ਨਹੀਂ ਲਏ ਪਵਿੱਤਰਤਾ ਨਹੀਂ ਆਈ ਤੈਨੂੰ ਕਥਾ ਪੁਨੀਤ ਨਾ ਚਾਲੀ ਤੈਨਰ ਕਿਆ ਪੁਰਾਨ ਸੁਣ ਕੀਨਾ ਤੂੰ ਕਿਸੇ ਵੀ ਧਰਮ ਦੇ ਮਜ਼ਹਬ ਦੇ ਗ੍ਰੰਥ ਸੋਣ ਪੜ੍ਹ ਕੇ ਕੀ ਕੀਤਾ ਪਵਿੱਤਰਤਾ ਤੇ ਤੈਨੂੰ ਆਈ ਨਹੀਂ ਤੂੰ ਆਪਣਾ ਨਾ ਆਸਤਿਕ ਰੱਖਿਆ ਹੋਇਆ ਤੂੰ ਆਪਣੇ ਆਪ ਨੂੰ ਰੱਬ پرست ਰੱਖਿਆ ਹੋਇਆ ਤੂੰ ਆਪਣੇ ਆਪ ਨੂੰ ਭਗਵਾਨ ਕੇ ਮੰਨਨੇ ਵਾਲਾ ਆਸਤਿਕ ਪੂਜਾ ਵਾਲਾ ਸਮਝਣਯਾ